ਅਤੇ ਪਲੱਸ ਟੂ ਵਾਲਾ ਬੱਚਾ ਜਿਹੜਾ ਕੈਨੇਡਾ ਲਈ ਜਾਣਾ ਚਾਹੁੰਦਾ ਅਤੇ ਉਹਦੀ ਜਿਹੜੀ ਰਿਕੁਆਇਰਮੈਂਟ ਹੈ ਉਹ 6 ਈਚ ਹੋ ਜਾਂਦੀ ਹੈ, ਮੀਨਸ 6 ਤੋਂ ਘੱਟ ਨਹੀਂ ਹੋਣੀ ਚਾਹੀਦੀ। ਪਲੱਸ ਟੂ ਵਾਲਾ ਜਿਹੜਾ ਪਹਿਲੀ ਵਾਰੀ ਆ ਕੇ ਮੇਰੇ ਕੋਲ ਵਿਦ ਇਨ ਅ ਮੰਥ ਜਦੋਂ ਬੱਚਾ 7.5-8 ਬੈਂਡ ਸਕੋਰ ਕਰਦਾ ਹੈ ਨਾ, ਅਤੇ ਬਿਕੋਜ਼ ਆਫ ਮਾਈ ਟ੍ਰੇਨਿੰਗ ਰਾਈਟ, ਮੇਰੀ ਯੂਨੀਕ ਮੈਥਡੋਲੋਜੀ ਆ ਜਿਹਦੇ ਨਾਲ ਮੈਂ ਇਹ ਬਿਲੀਵ ਕਰਦੀ ਹਾਂ ਕਿ ਹਾਂ ਵੀ ਹਰ ਬੱਚੇ ਦੀ ਆਪਣੀ ਲਰਨਿੰਗ ਐਬਿਲਿਟੀ। ਜਿਹੜਾ ਬੱਚਾ ਮੇਰੇ ਇਹ ਵੀਡੀਓ ਦੇਖ ਕੇ ਮੈਨੂੰ ਕਾਲ ਕਰਦਾ ਹੈ, ਕੰਟੈਕਟ ਕਰਦਾ ਅਤੇ IELTS ਦੀ ਟ੍ਰੇਨਿੰਗ ਲੈਣਾ ਚਾਹੁੰਦਾ, ਉਹਨੂੰ 30% ਆਫ ਡਿਸਕਾਊਂਟ ਅਸੀਂ ਅਵੇਲ ਕਰਾਂਗੇ ਆਪਣੀ ਜਿਹੜੀ ਸਾਡੀ ਫੀਸ ਹੈ। ਮੇਰਾ ਟ੍ਰੇਨਰ ਹੋਣ ਦਾ, ਮੇਰਾ ਟੀਚਰ ਹੋਣ ਦਾ ਕੋਈ ਫਾਇਦਾ ਨਹੀਂ ਜੇ ਮੈਂ ਬੱਚੇ ਦੀ ਲਰਨਿੰਗ ਐਬਿਲਿਟੀ ਦੇ ਅਕੋਰਡਿੰਗਲੀ ਮੈਂ ਫਲੈਕਸੀਬਲ ਨਹੀਂ। ਅਤੇ ਮੈਂ ਉਹਨੂੰ ਬੱਚੇ ਨੂੰ ਆਪਣੀ ਮੈਥਡੋਲੋਜੀ ਜਿਹੜੀ ਯੂਨੀਕ ਨੇ ਅਲਟਰ ਹੁੰਦੀਆਂ ਰਹਿੰਦੀਆਂ ਨੇ ਕਿ ਅੱਛਾ ਬੱਚੇ ਨੂੰ ਆਹ ਚੀਜ਼ ਕਨਸੈਪਟ ਕਲੀਅਰ ਨਹੀਂ ਹੋ ਰਿਹਾ ਅਤੇ ਮੈਂ ਆਪਣੇ ਆਪ ਦੀ ਟ੍ਰੇਨਿੰਗ ਚੇਂਜ ਕਰ। ਦਿਨ 'ਚ 3 ਵਾਰੀ ਰੀਡਿੰਗ ਕਰ ਰਿਹਾ, ਮੈਂ ਕਹਿੰਦੀ ਹਾਂ ਕਿ ਤੁਸੀਂ 3 ਵਾਰੀ ਰੀਡਿੰਗ ਕੀਤੀ ਹੈ, ਆਈ ਬਿਲੀਵ ਇਨ ਸਮਾਰਟ ਵਰਕ। ਮੈਂ ਹਾਰਡ ਵਰਕ ਉੱਤੇ ਬਿਲੀਵ ਕਰਦੀ ਹਾਂ ਬਟ ਜ਼ਿਆਦਾ ਸਮਾਰਟ ਵਰਕ ਉੱਤੇ ਬਿਲੀਵ ਕਰਦੀ ਹਾਂ, ਅਤੇ ਉਹ ਸਮਾਰਟ ਵਰਕ ਤਦ ਹੀ ਹੁੰਦਾ ਜਦੋਂ ਬੱਚੇ ਨੂੰ ਸਟ੍ਰੈਟਜੀਸ ਪਤਾ। ਕਿਤੇ ਨਾ ਕਿਤੇ ਉਹਨਾਂ ਨੂੰ ਡਰ ਬਣਾਇਆ ਜਾਂਦਾ ਕਿ ਹਾਂ ਵੀ ਕਿ ਤੁਹਾਡੇ 2 ਵਾਰ ਪੇਪਰ ਦੇਣ ਤੋਂ ਬਾਅਦ ਹੀ ਕਲੀਅਰ ਹੋਊਗਾ, ਕਿ IELTS ਦੇ 6 ਬੈਂਡ ਲਿਆਉਣੇ ਬਹੁਤ ਔਖੇ ਨੇ, ਜਿਹੜਾ ਕਿ ਮਿੱਥ ਆ। ਵਿਦ ਇਨ ਅ ਮੰਥ, 1 ਮਹੀਨੇ ਦੇ ਵਿੱਚ ਵੀ ਬੱਚੇ ਆਪਣੇ ਮੋਰ ਦੈਨ ਦੇ ਡਿਜ਼ਾਇਰ ਬੈਂਡ ਸਕੋਰ ਕਰ ਸਕਦੇ ਨੇ। ਅੱਜ ਪੰਜਾਬ ਦੇ ਹਰ ਨੌਜਵਾਨ ਦਾ ਸੁਪਨਾ ਬਾਹਰ ਜਾਣ ਦਿਆ ਹੈ। ਜੇ ਤੁਹਾਡਾ ਵੀ ਸੁਪਨਾ ਬਾਹਰ ਜਾਂਦਾ ਹੈ ਤਾਂ ਤੁਹਾਡੇ ਲਈ ਇਹ ਵੀਡੀਓ ਖਾਸ ਹੋਣ ਜਾ ਰਹੀ ਹੈ, ਕਿਉਂਕਿ ਅੱਜ ਅਸੀਂ ਤੁਹਾਡੇ ਲਈ ਖਾਸ ਔਫਰਸ ਲੈ ਕੇ ਆਏ ਹਾਂ। ਤੁਹਾਨੂੰ ਦੱਸ ਦਈਏ ਕਿ ਅਸੀਂ ਮੌਜੂਦ ਹਾਂ ਓਰੀਜਨ ਇਮੀਗ੍ਰੇਸ਼ਨ ਐਂਡ ਆਈਲਟ ਸੈਂਟਰ ਦੇ ਵਿੱਚ। ਸਾਡੇ ਨਾਲ ਮੌਜੂਦ ਨੇ ਸੁਕੰਨਿਆ ਸ਼ਰਮਾ ਜੀ, ਜਿਹੜੇ ਕਿ ਇਸ ਆਈਲਟਸ ਜਿਹੜਾ ਸੈਂਟਰ ਹੈ ਉਸਦੇ ਓਨਰ ਨੇ। ਅਸੀਂ ਗੱਲਬਾਤ ਕਰਾਂਗੇ। ਪਹਿਲਾਂ ਤਾਂ ਜੀ ਸਵਾਗਤ ਹੈ ਸਾਡੇ ਚੈਨਲ 'ਤੇ। ਥੈਂਕ ਯੂ ਸਰ। ਪਹਿਲਾਂ ਤਾਂ ਜਿਵੇਂ ਕਿ ਹਰੇਕ ਜਿਹੜੇ ਆਈਲਟ ਸੈਂਟਰ ਵਾਲੇ ਨੇ ਉਹ ਦਾਅਵਾ ਕਰਦੇ ਨੇ ਕਿ ਅਸੀਂ ਬਾਕੀਆਂ ਨਾਲੋਂ ਕਿਉਂ ਅਲੱਗ ਨੇ, ਪਰ ਅਸੀਂ ਇੱਥੇ ਤੁਹਾਡਾ ਕੰਮ ਕਰਨ ਦਾ ਤਰੀਕਾ ਪੁੱਛਾਂਗੇ ਵੀ ਤੁਸੀਂ ਕਿਉਂ ਬਾਕੀਆਂ ਨਾਲੋਂ ਅਲੱਗ ਹੋ ਅਤੇ ਇੱਥੇ ਕਿਸ ਤਰੀਕੇ ਦੇ ਨਾਲ ਜਿਵੇਂ ਕਿ ਕੰਮ ਹੁੰਦਾ ਵਾ। ਬੇਸਿਕਲੀ ਮੈਂ ਬਾਕੀ ਇੰਸਟੀਚਿਊਟਸ ਦੇ ਬਾਰੇ ਕੋਈ ਟਿੱਪਣੀ ਨਹੀਂ ਦੇਣਾ ਚਾਹੁੰਦੀ, ਬਟ ਮੈਂ ਆਪਣੇ ਇਮੀਗ੍ਰੇਸ਼ਨ ਔਰ IELTS ਦੇ ਬਾਰੇ ਦੱਸੂੰਗੀ ਕਿ ਮੈਂ ਕਿਉਂ ਯੂਨੀਕ ਹਾਂ। ਬੇਸਿਕਲੀ ਜਿਹੜੀ ਮੇਰੀ ਐਜੂਕੇਸ਼ਨ ਹੈ ਉਹ ਹੋਈ ਆ ਮਾਸਟਰਸ, ਅਤੇ ਉਹ ਵੀ ਇੰਗਲਿਸ਼ ਲਿੰਗੁਇਸਟਿਕਸ ਦੇ ਵਿੱਚ। ਜਿਹਨਾਂ ਨੂੰ ਲਿੰਗੁਇਸਟਿਕਸ ਦੇ ਬਾਰੇ ਪਤਾ ਨਹੀਂ ਹੈ ਉਹਨਾਂ ਨੂੰ ਮੈਂ ਦੱਸ ਦੇਵਾਂ, ਲਿੰਗੁਇਸਟਿਕ ਇਜ਼ ਬੇਸਿਕਲੀ ਅ ਸਾਇੰਟਿਫਿਕ ਸਟੱਡੀ ਆਫ ਅ ਲੈਂਗੁਏਜ, ਅਤੇ ਇਹਦੇ ਵਿੱਚ ਉਹ ਟੈਕਨੀਕਸ ਦੱਸੀਆਂ ਜਾਂਦੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਆਪਣੀ ਲੈਂਗੁਏਜ ਐਕੁਆਇਰ ਕਰਦੇ ਹੋ। ਜਿਸ ਤਰੀਕੇ ਨਾਲ ਜਿੱਦਾਂ ਇੱਕ ਬੱਚਾ ਆਪਣੀ ਪੰਜਾਬੀ ਫੈਮਿਲੀ 'ਚ ਬੋਰਨ ਐਂਡ ਬ੍ਰੋਟਅਪ ਹੁੰਦਾ ਵੈ, ਅਤੇ ਉਹਨੂੰ ਅਨਨੋਇੰਗਲੀ ਉਹਨੂੰ ਸਮਝ ਆ ਜਾਂਦੀ ਹੈ ਕਿ ਮੈਂ ਆਪਣੀ ਮੰਮੀ ਨੂੰ ਮੰਮੀ ਕਹਿਣਾ ਹੈ, ਦਾਦੀ ਨੂੰ ਬੀਜੀ ਕਹਿਣਾ ਹੈ, ਪਾਪਾ ਨੂੰ ਪਾਪਾ ਕਹਿਣਾ ਹੈ, ਅਤੇ ਉਹ ਇਸੇ ਤਰੀਕੇ ਨਾਲ ਜੇ ਪੰਜਾਬੀ ਬੋਲਣੀ ਸਿੱਖਦਾ ਵੈ ਇਸੇ ਤਰੀਕੇ ਦੇ ਨਾਲ। ਮੇਰਾ ਇਹ ਕੈਲਕੂਲੇਸ਼ਨ ਹੈ ਕਿ ਬੱਚਾ ਸਾਡੇ ਇੰਡੀਆ ਦੇ ਵਿੱਚ ਜਿਹੜਾ 3 ਸਾਲ ਤੋਂ ਇੰਗਲਿਸ਼ ਦੇ ਰੂਬਰੂ ਹੋ ਰਿਹਾ,
ਪੜ੍ਹ ਰਿਹਾ ਬਟ ਸਟਿਲ ਪਲੱਸ ਟੂ ਵਾਲਾ ਬੱਚੇ ਨੂੰ ਜਦੋਂ IELTS ਦੀ ਕੋਚਿੰਗ ਦਿੱਤੀ ਜਾਂਦੀ ਹੈ ਕਿਤੇ ਨਾ ਕਿਤੇ ਉਹਨਾਂ ਨੂੰ ਡਰ ਬਣਾਇਆ ਜਾਂਦਾ ਕਿ ਹਾਂ ਵੀ ਕਿ ਤੁਹਾਡੇ 2 ਵਾਰ ਪੇਪਰ ਦੇਣ ਤੋਂ ਬਾਅਦ ਹੀ ਕਲੀਅਰ ਹੋਊਗਾ। ਇਹ ਬਹੁਤ ਮੈਜੋਰਿਟੀ ਆਫ ਬੱਚਿਆਂ ਦੀ ਇੱਕ ਸੁਣਨ 'ਚ ਆਇਆ ਵੈ। ਦੂਸਰੀ ਗੱਲ ਇਹ ਹੁੰਦਾ ਕਿ IELTS ਦੇ 6 ਬੈਂਡ ਲਿਆਉਣੇ ਬਹੁਤ ਔਖੇ ਨੇ, ਜਿਹੜਾ ਕਿ ਮਿੱਥ ਆ ਕਿ ਮੈਨੂੰ ਲੱਗਦਾ ਕਿ ਜੇ ਪ੍ਰੋਪਰ ਟ੍ਰੇਨਿੰਗ ਦਿੱਤੀ ਜਾਵੇ, ਇੱਕ ਟ੍ਰੇਨਰ ਨੂੰ ਪਤਾ ਹੋਵੇ ਕਿ ਕਿਸ ਤਰੀਕੇ ਦੇ ਕੁਐਸਚਨਸ ਪੁੱਛੇ ਜਾਂਦੇ ਨੇ ਅਤੇ ਕਿਸ ਤਰੀਕੇ ਨਾਲ ਬੱਚੇ ਦੀ ਲਰਨਿੰਗ ਐਬਿਲਿਟੀ ਦੇ ਅਕੋਰਡਿੰਗਲੀ ਅਸੀਂ ਆਪਣੇ ਬੱਚਿਆਂ ਨੂੰ ਅਸੀਂ ਟ੍ਰੇਨਿੰਗ ਦਈਏ ਅਤੇ ਬੱਚੇ ਵਿਦਇਨ ਲਾਈਕ ਵੀਕਸ ਔਰ ਲਾਈਕ ਵਿਦਇਨ ਅ ਮੰਥ, ਵਿਦਇਨ ਅ ਮੰਥ 1 ਮਹੀਨੇ ਦੇ ਵਿੱਚ ਵੀ ਬੱਚੇ ਆਪਣੇ ਮੋਰ ਦੈਨ ਦੇ ਡਿਜ਼ਾਇਰ ਬੈਂਡ ਸਕੋਰ ਕਰ ਸਕਦੇ ਨੇ। ਤੁਹਾਨੂੰ ਦੱਸ ਦਈਏ ਕਿ ਇੱਥੇ ਜਿਹੜੇ ਐਪਰੋਕਸ ਜਿਹੜੇ ਬੈਂਡਸ ਨੇ ਉਹ 8 ਬੈਂਡ ਜਿਹੜੇ ਨੇ ਉਹ ਇੱਥੇ ਆਉਂਦੇ ਨੇ, ਜਿਹੜੇ ਇੱਥੇ ਬੱਚੇ ਸਟੂਡੈਂਟਸ ਪੜ੍ਹਦੇ ਨੇ ਅਤੇ ਜਿਹੜੇ ਸਾਡੇ ਅੱਜ ਵਿਊਅਰ ਸਾਡੇ ਨਾਲ ਜੁੜੇ ਹੋਏ ਨੇ ਅਤੇ ਜਿਹੜੇ ਵੀਡੀਓਜ਼ ਨੂੰ ਸ਼ੇਅਰ ਕਰ ਰਹੇ ਨੇ ਨਾਲ ਦੇ ਨਾਲ, ਉਹਨਾਂ ਲਈ ਅਸੀਂ ਕੁਛ ਸਰਪ੍ਰਾਈਜ਼ ਵੀ ਲੈ ਕੇ ਆਏ ਹਾਂ, ਅਸੀਂ ਕੁਛ ਡਿਸਕਾਊਂਟਸ ਲੈ ਕੇ ਆਏ ਹਾਂ। ਸੋ ਅਸੀਂ ਡਿਸਕਾਊਂਟਸ ਮੈਮ ਤੋਂ ਹੀ ਕਹਾਂਗੇ ਕਿ ਤੁਸੀਂ ਪਲੀਜ਼ ਜਿਹੜੇ ਸਾਡੇ ਵਿਊਅਰਸ ਦੇ ਲਈ ਡਿਸਕਾਊਂਟ ਹੈ ਉਹ ਅਨਾਊਂਸ ਕਰੋ। ਜਿਹੜਾ ਬੱਚਾ ਮੇਰੇ ਇਹ ਵੀਡੀਓ ਦੇਖ ਕੇ ਮੈਨੂੰ ਕਾਲ ਕਰਦਾ ਹੈ, ਕੰਟੈਕਟ ਕਰਦਾ ਅਤੇ IELTS ਦੀ ਟ੍ਰੇਨਿੰਗ ਲੈਣਾ ਚਾਹੁੰਦਾ, ਉਹਨੂੰ 30% ਆਫ ਡਿਸਕਾਊਂਟ ਅਸੀਂ ਅਵੇਲ ਕਰਾਂਗੇ ਆਪਣੀ ਜਿਹੜੀ ਸਾਡੀ ਫੀਸ ਹੈ। ਸੋ ਇਹ ਵੱਡੀ ਡਿਸਕਾਊਂਟ ਦੇ ਰਹੇ ਨੇ, ਘੱਟ ਤੋਂ ਘੱਟ ਨਹੀਂ ਵੀ ਤਾਂ ਤੁਹਾਡੇ ਬਹੁਤ ਪੈਸੇ ਜਿਹੜੇ ਹੈ ਕਿ ਬਚਣ ਵਾਲੇ ਆ। ਜਿਹੜੀ ਸਾਡੀ ਵੀਡੀਓ ਦੇਖੇਗਾ, ਸ਼ੇਅਰ ਕਰੇਗਾ, ਸਕਰੀਨਸ਼ੋਟ ਲਏਗਾ, ਉਸਦੇ ਲਈ ਇਹ ਜਿਹੜਾ ਡਿਸਕਾਊਂਟ ਹੈ ਜ਼ਰੂਰ ਦੇਣਗੇ। ਬਾਕੀ ਅਸੀਂ ਡਿਜ਼ਾਇਰ ਬੈਂਡਸ ਦੀ ਗੱਲ ਕੀਤੀ ਹੈ, ਕਿੰਨੇ ਕੁ ਜਿਵੇਂ ਕਿ ਐਪਰੋਕਸ ਬੈਂਡ ਇੱਥੇ ਆਉਂਦੇ ਨੇ ਅਤੇ ਕਿੰਨੇ ਕੁ ਸਟੂਡੈਂਟਸ ਨੇ ਜਿਹੜੇ ਕਿ ਇਹਨਾਂ ਮੰਥ ਜਾਂ ਉਹ ਕਲੀਅਰ ਕਰਦੇ ਨੇ? ਬੇਸਿਕਲੀ ਜੇ ਦੇਖਿਆ ਜਾਵੇ ਤਾਂ ਬੱਚੇ ਦਾ ਜਿੱਦਾਂ ਮਜੋਰਿਟੀ ਆਫ ਸਟੂਡੈਂਟਸ ਦਾ ਇੰਟਰਸਟ ਹੈ ਕੈਨੇਡਾ ਜਾਣਾ, ਹੈ ਨਾ, ਅਤੇ ਪਲੱਸ ਟੂ ਵਾਲਾ ਬੱਚਾ ਜਿਹੜਾ ਕੈਨੇਡਾ ਲਈ ਜਾਣਾ ਚਾਹੁੰਦਾ ਅਤੇ ਉਹਦੀ ਜਿਹੜੀ ਰਿਕੁਆਇਰਮੈਂਟ ਹੈ ਉਹ 6 ਈਚ ਹੋ ਜਾਂਦੀ ਹੈ, ਮੀਨਸ 6 ਤੋਂ ਘੱਟ ਨਹੀਂ ਹੋਣੀ ਚਾਹੀਦੀ, ਅਤੇ ਉਹ 6 ਬੈਂਡ ਵੀ ਨਹੀਂ ਬੱਚਾ ਲੈ ਕੇ ਆਉਂਦਾ, ਹੈ ਨਾ। ਅਤੇ ਬਟ ਜਿਹੜਾ ਮੇਰਾ ਬੱਚਾ ਜਿਹੜਾ ਪਲੱਸ ਟੂ ਵਾਲਾ ਜਿਹੜਾ ਪਹਿਲੀ ਵਾਰੀ ਆ ਕੇ ਮੇਰੇ ਕੋਲ ਵਿਦਇਨ ਅ ਮੰਥ ਜਦੋਂ ਬੱਚਾ 7.5-8 ਬੈਂਡ ਸਕੋਰ ਕਰਦਾ, ਹੈ ਨਾ, ਅਤੇ ਬਿਕੋਜ਼ ਆਫ ਮਾਈ ਟ੍ਰੇਨਿੰਗ ਰਾਈਟ, ਮੇਰੀ ਯੂਨੀਕ ਮੈਥਡੋਲੋਜੀ ਆ ਜਿਹਦੇ ਨਾਲ ਮੈਂ ਇਹ ਬਿਲੀਵ ਕਰਦੀ ਹਾਂ ਕਿ ਹਾਂ ਵੀ ਹਰ ਬੱਚੇ ਦੀ ਆਪਣੀ ਲਰਨਿੰਗ ਐਬਿਲਿਟੀ ਆ। ਮੈਂ ਇਹ ਨਹੀਂ ਸੋਚਦੀ ਕਿ ਇਹ ਬੰਦਾ ਨਲਾਇਕ ਹੈ, ਇਹਨੂੰ ਆਉਣੀ ਨਹੀਂ ਹੈ, ਮੈਂ ਇਹ ਨਹੀਂ ਕਹਿੰਦੀ ਇਹ ਬੰਦਾ ਹੁਸ਼ਿਆਰ ਆ ਉਹਨੂੰ ਆਉਣੀ ਚਾਹੀਦੀ। ਮੇਰਾ ਟ੍ਰੇਨਰ ਹੋਣ ਦਾ, ਮੇਰਾ ਟੀਚਰ ਹੋਣ ਦਾ ਕੋਈ ਫਾਇਦਾ ਨਹੀਂ ਜੇ ਮੈਂ ਬੱਚੇ ਦੀ ਲਰਨਿੰਗ ਐਬਿਲਿਟੀ ਦੇ ਅਕੋਰਡਿੰਗਲੀ ਮੈਂ ਫਲੈਕਸੀਬਲ ਨਹੀਂ ਹਾਂ, ਅਤੇ ਮੈਂ ਉਹਨੂੰ ਬੱਚੇ ਨੂੰ ਆਪਣੀ ਮੈਥਡੋਲੋਜੀ ਜਿਹੜੀ ਯੂਨੀਕ ਨੇ ਅਲਟਰ ਹੁੰਦੀਆਂ ਰਹਿੰਦੀਆਂ ਨੇ ਕਿ ਅੱਛਾ ਬੱਚੇ ਨੂੰ ਆਹ ਚੀਜ਼ ਕੰਸੈਪਟ ਕਲੀਅਰ ਨਹੀਂ ਹੋ ਰਿਹਾ ਅਤੇ ਮੈਂ ਆਪਣੇ ਆਪ ਦੀ ਟ੍ਰੇਨਿੰਗ ਚੇਂਜ ਕਰਾਂ, ਮੈਂ ਉਸ ਤਰੀਕੇ ਦੇ ਨਾਲ ਬੱਚੇ ਨੂੰ ਟ੍ਰੇਨਿੰਗ ਪ੍ਰੋਵਾਈਡ ਕਰਦੀ ਹਾਂ। ਸ਼ਾਇਦ ਇਹੀ ਰੀਜ਼ਨ ਆ ਕਿ ਬੱਚਾ ਜਿਹੜਾ ਕਹਿ ਲਓ ਕਿ ਬਹੁਤ ਲਿਮਿਟਿਡ ਟਾਈਮ ਪੀਰੀਅਡ ਦੇ ਵਿੱਚ ਡਿਜ਼ਾਇਰ ਬੈਂਡ ਤਾਂ ਛੱਡੋ ਮੋਰ ਦੈਨ ਦੇ ਡਿਜ਼ਾਇਰ ਬੈਂਡ ਸਕੋਰ ਕਰਕੇ ਆ ਰਹੇ। ਇੱਕ ਚੀਜ਼ ਅਸੀਂ ਹੋਰ ਪੁੱਛਣਾ ਕਲੀਅਰ ਗੱਲ ਕਰਨੀ ਚਾਹਾਂਗੇ ਕਿ ਜਿਹੜੇ ਬੱਚੇ ਸਾਡੀ ਵੀਡੀਓਜ਼ ਦੇਖ ਰਹੇ ਨੇ ਜਾਂ ਜਿਹੜੇ ਆਉਣਾ ਵੀ ਚਾਹੁੰਦੇ ਨੇ ਉੱਥੇ, ਉਹਨਾਂ ਦੇ ਲਈ ਸਟਾਰਟਿੰਗ ਦੇ ਵਿੱਚ ਕਿਉਂਕਿ ਕੋਈ ਡੈਮੋ ਕਲਾਸਿਸ ਐਂਡ ਆਲ ਹੈਗੀਆਂ ਨੇ? ਹਾਂਜੀ, ਮੈਂ ਡੈਮੋ ਕਲਾਸਿਸ ਪ੍ਰੋਵਾਈਡ ਕਰਵਾਉਂਦੀ ਹਾਂ ਜਿਹੜੀ ਕਿ ਜਿਹਦੇ ਵਿੱਚ ਬੱਚਿਆਂ ਨੂੰ ਇਹ ਦੱਸਿਆ ਜਾਂਦਾ। ਈਵਨ ਮੈਂ ਲਾਸਟ ਥੋੜ੍ਹੇ ਹਫ਼ਤੇ ਪਹਿਲਾਂ ਮੈਂ ਮਾਸਟਰ ਕਲਾਸ ਵੀ ਫ੍ਰੀ ਔਰਗਨਾਈਜ਼ ਕੀਤੀ ਸੀ ਜਿਹਦੇ ਵਿੱਚ ਮੈਂ ਬੱਚੇ ਜਿਨ੍ਹਾਂ ਨੇ ਪਹਿਲਾਂ ਪੇਪਰ ਦੇ ਦਿੱਤਾ ਹੋਇਆ ਵੈ ਜਾਂ ਪੇਪਰ ਦੀ ਤਿਆਰੀ ਕਰ ਰਹੇ ਨੇ ਜਿਹੜੇ ਕੌਨਫੀਡੈਂਟ ਨਹੀਂ ਸੀਗੇ, ਉਹਨਾਂ ਨੂੰ ਮੈਂ ਉਸ ਦਿਨ ਫ੍ਰੀ ਟ੍ਰੇਨਿੰਗ ਪ੍ਰੋਵਾਈਡ ਕੀਤੀ ਸੀਗੀ ਜਿਹਦੇ ਵਿੱਚ ਬੱਚਿਆਂ ਨੂੰ ਇਹ ਪਤਾ ਚੱਲਿਆ ਕਿ ਅੱਛਾ ਅਸੀਂ ਟ੍ਰੇਨਿੰਗ ਕਿਸ ਹਿਸਾਬ ਨਾਲ ਅਸੀਂ ਕਰ ਰਹੇ ਹਾਂ। ਬੱਚਾ ਕਹਿੰਦਾ ਕਿ ਮੈਂ ਦਿਨ 'ਚ 3 ਵਾਰੀ ਰੀਡਿੰਗ ਕਰ ਰਿਹਾ। ਮੈਂ ਕਹਿੰਦੀ ਹਾਂ ਕਿ ਤੁਸੀਂ 3 ਵਾਰੀ ਰੀਡਿੰਗ ਕੀਤੀ ਹੈ, ਆਈ ਬਿਲੀਵ ਇਨ ਸਮਾਰਟ ਵਰਕ, ਮੈਂ ਹਾਰਡ ਵਰਕ ਉੱਤੇ ਬਿਲੀਵ ਕਰਦੀ ਹਾਂ ਬਟ ਜ਼ਿਆਦਾ ਸਮਾਰਟ ਵਰਕ ਉੱਤੇ ਬਿਲੀਵ ਕਰਦੀ ਹਾਂ। ਅਤੇ ਉਹ ਸਮਾਰਟ ਵਰਕ ਤਦ ਹੀ ਹੁੰਦਾ ਜਦੋਂ ਬੱਚੇ ਨੂੰ ਸਟ੍ਰੈਟਜੀਜ਼ ਪਤਾ ਨੇ, ਸਟ੍ਰੈਟਜੀਜ਼ ਪਤਾ ਨੇ, ਪੈਰਾਮੀਟਰਸ ਪਤਾ ਨੇ। ਉਹ ਸਟ੍ਰੈਟਜੀਜ਼ ਬੱਚੇ ਨੂੰ ਨਾ ਪਤਾ ਹੋਣ ਦੇ ਕਰਕੇ ਬੱਚਾ ਆਪਣੇ ਡਿਜ਼ਾਇਰ ਬੈਂਡ ਸਕੋਰਸ ਨਹੀਂ ਅਚੀਵ ਕਰਦਾ।
ਅਤੇ ਇਸ ਕਰਕੇ ਅਸੀਂ ਬੱਚਿਆਂ ਨੂੰ ਪਹਿਲਾਂ ਡੈਮੋ ਦੇਈਦੀ ਆ। ਮੈਂ ਤਾਂ ਖੁਦ ਕਹਿੰਦੀ ਹਾਂ ਕਿ ਲਾਈਕ ਤੁਸੀਂ ਡੈਮੋ ਲਵੋ, ਪਤਾ ਚੱਲੇ ਕਿ ਅਸੀਂ ਕੀ ਯੂਨੀਕ ਚੀਜ਼ ਕਰ ਰਹੇ ਹਾਂ ਜਿਹਦੇ ਕਰਕੇ ਬੱਚਾ ਆਪਣਾ ਜਿਹੜਾ ਰੁਪਈਆ ਲਗਾ ਰਿਹਾ ਸਾਡੇ ਕੋਲ, ਰਾਈਟ, ਕਿ ਉਹਨੂੰ ਜਸਟੀਫਾਈ ਲੱਗ ਰਿਹਾ ਕਿ ਪੈਸਾ ਇੰਨਾ ਇਨਵੈਸਟ ਕਰ ਰਿਹਾ ਮੈਂ ਆਹ ਚੀਜ਼। ਸੋ ਜਿਸ ਤਰ੍ਹਾਂ ਕਿ ਤੁਸੀਂ ਦੇਖੀ ਕਿ ਕਿਸ ਤਰੀਕੇ ਨਾਲ ਇਹ ਬਾਕੀਆਂ ਨਾਲੋਂ ਅਲੱਗ ਨੇ ਅਤੇ ਔਫਰਸ ਵੀ ਦੇ ਰਹੇ ਨੇ, ਸੋ ਹਰੀ ਅਪ, ਗ੍ਰੈਬ ਯੋਰ ਔਫਰਸ। ਕੈਮਰਾਮੈਨ ਕਰਨ ਦੇ ਨਾਲ ਮੁਹੰਮਦ ਸੋਹਰਾਬ।